ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਪਿੰਡ ਠੇਠਰਾ ਬਾਈ ਜੀ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਇੱਕ ਵੀਰ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਆਹ ਉਹਦੇ ਘਰ ਦੇ ਹਾਲਾਤ ਆ ਆਹ ਕਮਰਾ ਕਮਰੇ ਨੂੰ ਬਾਹਰ ਵੀ ਨਹੀਂ ਲੱਗਾ ਅਤੇ ਛੱਤ ਵੀ ਆਹ ਦੇਖੋ ਉੱਤੋਂ ਡਿੱਗੀ ਹੋਈ ਆ ਬਾਕੀ ਆ ਹਾਲਾਤ ਇੱਕ ਚੁੱਲ੍ਹਾ ਜਿਹਾ ਘਰੇ ਵਿਚਾਰੇ ਦਾ ਬਣਾਇਆ ਹੋਇਆ ਰੋਟੀ ਤਾਂ ਘਰੇ ਪੱਕਦੀ ਨਹੀਂ ਵਿਚਾਰੇ ਤੋਂ ਅਤੇ ਬਾਕੀ ਆ ਹਾਲਾਤ ਤੁਸੀਂ ਦੇਖ ਲਓ ਘਾਹ ਉੱਗ ਗਿਆ ਪਿਆ ਅਤੇ ਇੱਕ ਕਮਰਾ ਆਹ ਜੀ ਇਹਦੇ ਵੀ ਬਾਹਰ ਹੈ ਨਹੀਂ ਗਾ ਬੈਠ ਜਾ ਬਾਈ ਸਤਨਾਮ ਸਿੰਘ ਸਤਨਾਮ ਸਿੰਘ ਸੀ ਨਾ ਤੇਰਾ ਕੋਈ ਨਹੀਂ ਰੱਖਦਾ ਆਧਾਰ ਕਾਰਡ ਆਹ ਵਿਚਾਰੇ ਦੀ ਪੇਟੀ ਆ ਆਹ ਰੋਟੀਆਂ ਬਾਈ ਬਹੀਆਂ ਵੀ ਖਾ ਲੈਂਦਾ ਰੋਟੀਆਂ ਫਿਰ ਜੇ ਕੋਈ ਨਾ ਮਿਲੇ ਕਿਸੇ ਪਾਸਿਓਂ ਅੱਛਾ ਰੋਟੀਆਂ ਲੈ ਆਉਣਾ ਅਤੇ ਇਹ ਫਿਰ ਖਾਧੀਆਂ ਨਹੀਂ ਕਿ ਕਿਵੇਂ ਰੱਖੀ ਬੇਟਾ ਅੱਛਾ ਤੈਨੂੰ ਕੋਈ ਅੱਜ ਰਾਸ਼ਨ ਅਸੀਂ ਕਿਹੜਾ ਦੇ ਕੇ ਜਾਂਦੇ ਹਾਂ ਜਿਹਨੂੰ ਜੀ ਜਿਹੜਾ ਤੈਨੂੰ ਰੋਟੀ ਪਾਣੀ ਦਿੰਦਾ ਆਪ ਤੋਂ ਤਾਂ ਬੰਦ ਹੀ ਨਹੀਂ ਹੋਣੀ ਹੈ ਨਾ ਬਾਈ ਜੀ ਬਾਈ ਸਤਨਾਮ ਸਿੰਘ ਦੇ ਹਾਲਾਤ ਦੇਖੋ ਬਾਂਹ ਦੇ ਰੇਸ਼ਾ ਪੈ ਗਿਆ ਵਾਹਿਗੁਰੂ ਆਹ ਦੇਖੋ ਇੱਕ ਮਿੰਟ ਬਾਈ ਸਤਨਾਮ ਸਿੰਘ ਵਾਹਿਗੁਰੂ ਸਰਕਾਰੀ ਹਸਪਤਾਲ 'ਚੋਂ ਬਾਈ ਨੇ ਆਪਰੇਸ਼ਨ ਕਰਵਾਇਆ ਸੀਗਾ ਕਿਸੇ 'ਚੋਂ ਫਿਰੋਜ਼ਪੁਰੋਂ ਕਰਵਾਈ ਸਿਵਲ 'ਚੋਂ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਬਾਂਹ ਇੱਥੇ ਜਗ੍ਹਾ ਆਕੜੀ ਖੜੀ ਹੈ ਨਾ ਮੁੜਦੀ ਹੈ ਕਿਸੇ ਪਾਸੇ ਨਹੀਂ ਮੁੜਦੀ ਅਤੇ ਵਿਚਾਰਾ ਆਈਂ ਦਿਹਾੜੀ ਜਾਂਦਾ ਆਈਂ ਦਿਹਾੜੀ ਤੁਸੀਂ ਤੂੰ ਉੱਤੋਂ ਬੰਨ ਕੇ ਚਲਾ ਜਾਂਦਾ ਸੀ ਹਾਂ ਉਹਦੇ ਨਾਲ ਤੇਰਾ ਕੰਮ ਕੁਛ ਜ਼ਿਆਦਾ ਵੱਧ ਗਿਆ ਬਾਈ ਮੈਂ ਲਾਲਚ ਕਰ ਗਿਆ ਅਤੇ ਉਹ ਠੇਕੇਦਾਰ ਤੋਂ 10,000 ਰੁਪਈਆ ਲੈਣਾ ਮੈਂ ਕਿਹਾ ਚੱਲ ਉਹ ਮਿਲ ਜਾਣਗੇ ਮੈਂ ਕਢਾ ਲੂੰ ਰਾਡ ਤੇ ਦਿੱਤੇ ਨਹੀਂ ਉਹਨੇ ਨਹੀਂ ਦਿੱਤੇ ਜੀ ਚਲਿਆ ਗਿਆ ਠੇਕੇਦਾਰ ਭੱਜ ਗਿਆ ਹਾਂ ਇੱਥੋਂ ਦਾ ਜੀ ਉਹ ਫਿਰੋਜ਼ਪੁਰ ਦਾ ਹੀ ਆ ਵਾਹਿਗੁਰੂ ਆਹ ਵੇਖੋ ਬਾਈ ਜੀ ਹਾਲਾਤ ਰੇਸ਼ਾ ਪੈ ਗਿਆ ਵਿੱਚ ਜਿੱਥੇ ਰਾੜਾਂ ਪਈਆਂ ਸੀਗੀਆਂ ਅਤੇ ਬਾਂਹ ਨਾ ਸਿੱਧੀ ਹੁੰਦੀ ਆ ਵਿਚਾਰੇ ਦੀ ਅਤੇ ਬਾਈ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਮੈਂ ਦੱਸਿਆ ਵੀ ਸੀ ਉਹਦੇ ਅਤੇ ਆਪਾਂ ਇਹਦੇ ਬਾਈ ਦੇ ਇਲਾਜ ਵਾਸਤੇ ਦੱਸਿਓ ਵੀ ਕਦੋਂ ਲੈ ਕੇ ਆਈਏ ਅਸੀਂ ਬਹੁਤ ਲੋੜਵੰਦ ਆ ਇਕੱਲਾ ਹੀ ਰਹਿੰਦਾ ਵਿਚਾਰੇ ਦਾ ਵਿਆਹ ਵੀ ਨਹੀਂ ਹੋਇਆ ਬੱਚੇ ਵੀ ਨਹੀਂ ਮਾਂ ਵੀ ਨਹੀਂ ਪਿਓ ਨਹੀਂ ਅਤੇ ਭਰਾ ਘਰੋਂ ਰੋਟੀ ਲੈ ਕੇ ਆਉਣਾ ਦੂਜੇ ਭਰਾ ਦੇ ਘਰੋਂ ਰੋਟੀ ਲੈ ਕੇ ਆਉਂਦਾ ਅਤੇ ਵਿਚਾਰਾ ਖਾ ਲੈਂਦਾ ਅਤੇ ਕੰਮ ਹੁਣ ਤਾਂ ਕੰਮ ਵੀ ਨਹੀਂ ਕੰਮ ਤੇ ਹਟਾਤਾ ਜਿੱਦਾਂ ਦਾ ਅਸੀਂ ਆਏ ਹਾਂ ਅਤੇ ਉੱਥੇ ਤੇ ਉਹਨਾਂ ਨੇ ਹਟਾਤਾ ਫੈਕਟਰੀ ਵਾਲਿਆਂ ਨੇ ਹੈ ਨਾ ਠੀਕ ਆ ਅੱਛਾ ਫਿਰ ਲਾਵਾਂਗੇ ਅੱਛਾ ਠੀਕ ਹੈ ਬਾਈ ਜੀ ਹਾਲਾਤ ਬਹੁਤ ਮਾੜੇ ਆ ਘਰ ਦੇ ਕਰਿਓ ਕਿਰਪਾ ਬਾਈ ਜੀ ਅਤੇ ਆਪਾਂ ਬਾਈ ਜੀ ਨੂੰ ਦੱਸਿਓ ਜੀ ਕਦੋਂ ਲੈ ਕੇ ਆਈਏ ਜੀ ਅੱਜ ਕੀ ਕਿਹਾ ਡਾਕਟਰ ਨੇ ਫਿਰ ਵੇਖੋ ਨਾ ਸਕਰੂ ਉਹਨੇ ਹੱਡੀ 'ਚ ਦਾਤਾ ਪ੍ਰਾਈਵੇਟ ਵਾਲੇ ਨੇ ਹੁਣ ਵੀ ਪਲੇਟ ਕੱਢ ਦਿਆਂਗੇ ਟਾਂਕੇ ਲੱਗ ਜਾਣਗੇ ਅਤੇ ਬਈ ਮਤਲਬ ਕੁਛ ਹੱਦ ਤੱਕ ਚੱਲਣ ਲੱਗ ਜਾਣਗੇ ਰਘੁਨਾਥ ਚ ਭੇਜਿਆ ਸੀ ਬਿੱਲੇ ਨੇ ਰਾਹੁਲ ਕੁਛ ਪਤਾ ਨੀ ਕੀ ਸਰਕਾਰੀ ਜੋ ਕਰਾਏ ਨਾ ਜਦੋਂ 5-6 ਮਹੀਨੇ ਹੋ ਗਿਆ ਸੀ ਕੰਮ ਕੁੰਮ ਕਰਦਾ ਰਿਹਾ ਪੜਲਾ ਸਕਰੂ ਇੱਧਰ ਐ ਲੰਮੀ ਬਾਈ ਹੋਈ ਇੱਥੇ ਤੱਕ ਆਹ ਸਕਰੂ ਆਖਾ ਜੀ ਆਹ ਜਿਹੜੇ ਇੱਥੇ ਲੱਗੇ ਅਤੇ ਡਾਕਟਰਾਂ ਦਾ ਤਾਂ ਬਾਹਰ ਹੋਣੀ ਨਹੀਂ ਚਾਹੀਦੀ ਤੇ ਇਹਦੀ ਬਾਂਹ ਖਿੱਚ ਕੇ ਬਾਈ ਡਾਕਟਰ ਸਿੱਧੀ ਕਰੇ ਉੱਥੋਂ ਜਿਹਨੂੰ ਵਿਖਾਉਣ ਗਿਆ ਬਾਈ ਡਾਕਟਰਾਂ ਨੂੰ ਕਹਿੰਦੇ ਇਹ ਨੇ ਕਹਿੰਦਾ ਵੀ ਮੇਰੀ ਬਾਂਹ ਨਹੀਂ ਸਿੱਧੀ ਹੁੰਦੀ ਫਿਰ ਫੜ ਕੇ ਖਿੱਚ ਕੇ ਬਾਂਹ ਸਿੱਧੀ ਕਰੇ ਇਹਦੇ ਚੀਕਾ ਨਿਕਲਦਾ ਤਾਂ ਬਾਈ ਤੇ ਉਹ ਡਾਕਟਰਾਂ ਦਾ ਵੀ ਆ ਕਿੱਥੋਂ ਸਿੱਧੀ ਹੋ ਜੂ ਸਿੱਧੀ ਹੋ ਜੂਗੀ ਵਿੱਚ ਤਾਂ ਸਕਰੂ ਕਿਸੇ ਪਏ ਹੱਡੀ ਦੇ ਕਮਾਲ ਹੀ ਹੋ ਗਿਆ ਡਾਕਟਰਾਂ ਦੇ ਵਿਚਾਰੇ ਅਨਪੜ੍ਹ ਡਾਕਟਰ ਸਾਲੇ ਕਿੱਥੋਂ ਹੁਣ ਇਹਦੇ ਭਤੀਜੇ ਨੂੰ ਫੋਨ ਕੀਤਾ ਮਗਰ ਤੇ ਕਿਸੇ ਨੇ ਗੱਲ ਨਹੀਂ ਸੁਣੀ ਇਹ ਵਿਚਾਰਾ ਇਕੱਲਾ ਹੀ ਰਹਿੰਦਾ ਘਰੇ ਨਾ ਬਾਹਰ ਲੱਗਾ ਮੈਂ ਤੁਹਾਨੂੰ ਵੀਡੀਓ ਭੇਜੀ ਵਿਆਹ ਵੀ ਨਹੀਂ ਕਰਾਇਆ ਇਹਨੇ ਨਹੀਂ ਪਹਿਲਾਂ ਸ਼ੁਰੂ ਤੋਂ ਦਿਹਾੜੀ ਦਿਹੁੜੀ ਕਰਦਾ ਸੀਰੀ ਰਲਦਾ ਸੀ ਪਹਿਲਾਂ ਸੀਰੀ ਸੀਰੀ ਰਲਦਾ ਹੁੰਦਾ ਦੁੱਖ ਤਕਲੀਫ ਰੱਬ ਕਿਸੇ ਨੂੰ ਨਾ ਦੇਵੇ ਤਾਂ ਗਰੀਬ ਦੇ ਘਰ ਤਾਂ ਜਮਾ ਹੀ ਨੀ ਦੁੱਖ ਹੋਣਾ ਚਾਹੀਦਾ ਚਾਰ ਪੈਸੇ ਹੁੰਦੇ ਬਾਈ ਤੂੰ ਇੰਨੇ ਇੰਨਾ ਟਾਈਮ ਹੈ ਕਾਹਨੂੰ ਫਿਰਦਾ ਹੈ ਨਾ ਕਿੰਨਾ ਟਾਈਮ ਹੋ ਗਿਆ ਨਾ ਇੱਕ ਸਾਲ ਹੋ ਗਿਆ ਦੇਖ ਲਾ ਕੀ ਨਾਮ ਦੱਸਿਆ ਤੁਸੀਂ ਆਪਣਾ ਸਤਨਾਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ठेठर पिंड आ बई का जिला फिरोजपुर आ सतनाम सिंह तुहाडे सामने खड़ा तो एक साल हो गया तो इहदी बांह आ टुटी हुई आ साडे गुरध्यान सिंह हुणी आ वीरे हुणी राणा ये दिखा रहे आ राणी की गल हुई सी डॉक्टर ने की दस्सिया हुण आपां नूं जी इहदी ना बांह टुट गई साल हो गया जी उत्थों सरकारी होस्पिटल जो सिविल होस्पिटल जो फिरोजपुरों ने ट्रीटमेंट कराया था पैसे पूसे फड़ फुड़ के कराया तो उन्हें ना स्क्रू जो हड्डी के सीधा ला दा जी डॉक्टर देखो किन्ना सियाणा अनपढ़ डॉक्टर साडे किड्डे बेदिमागे ने एक गरीब नूं जिहड़ी रोटी कोई हथ नाल चलदी है काम करन नाल आ सीधा स्क्रू है ना जिहड़ा आ हड्डी च लाता इस च जिहड़ा कि आ हड्डी च लगना सी इस च ते फिर इहदी बांह दी सर्कल आ जिहड़ा प्रॉपर सही बनना सीगा प्लेट भी ओवें नंगी डॉक्टर ना होनी नहीं चाहिए एक साल हो गया हुण आ लोहे दी प्लेट बाहर आ नट बाहर देखी जांदे आ ते आ नंगी पई आ प्लेट विचारे दी ते इधर जिहड़े नट लाए आ इह भी देखो ਉਹਨਾਂ ਦੇ ਵਿੱਚੋਂ ਵੀ ਪਸ ਨਿਕਲ ਜਾਂਦੇ ਤੇ ਗਰੀਬ ਸਤਨਾਮ ਸਿੰਘ ਇਹਨਾਂ ਦੋਹਾਂ ਹੱਥਾਂ ਦੇ ਨਾਲ ਕਿਰਤ ਕਰਕੇ ਰੋਟੀ ਖਾਂਦਾ ਸੀ ਜਾਂ ਤਾਂ ਸੀਰ ਰਲਦਾ ਸੀਗਾ ਸੀਰੀ ਰਲਣਾ ਸਾਡੇ ਪੰਜਾਬ ਦੇ ਵਿੱਚ ਸਾਂਝੀ ਰਲਣਾ ਉਹਨੂੰ ਕਹਿੰਦੇ ਵੀ ਜਿਹੜਾ ਇਕੱਠਾ ਸਾਲ ਤੇ ਰਲ ਜਾਣਾ ਕਿਸੇ ਨਾਲ ਵੀ ਇੱਕ ਸਾਲ ਦੇ ਪੈਸੇ ਕਰ ਲੈਣੇ ਤੇ ਸਾਰਾ ਸਾਲ ਉਹ ਜ਼ਿਮੀਦਾਰ ਦੇ ਘਰੇ ਖੇਤੀਬਾੜੀ ਦਾ ਕੰਮ ਕਰਨਾ ਡੰਗਰ ਪਸ਼ੂ ਦਾ ਜੋ ਵੀ ਹੈਗਾ ਪਰ ਇਸ ਬੰਦੇ ਨੂੰ ਇੱਕ ਬਾਂਹ ਨਾ ਹੋਣ ਦੇ ਕਾਰਨ ਕੋਈ ਦਿਹਾੜੀ ਵੀ ਨੀ ਲੈ ਕੇ ਜਾਂਦਾ ਸਰੀਰ ਰਲਣਾ ਤਾਂ ਦੂਰ ਦੀ ਗੱਲ ਹੋ ਗਈ ਤੇ ਫਿਰ ਬੰਦਾ ਰੋਟੀ ਜਿਹੜਾ ਬੰਦਾ ਕਿਰਤ ਕਰਕੇ ਸਿਰ ਉੱਚਾ ਕਰਕੇ ਰੋਟੀ ਖਾਂਦਾ ਸੀ ਆਪਦੀ ਤੇ ਉਹ ਵੀ ਉਹਦਾ ਸਿਰ ਵੀ ਨੀਵਾਂ ਹੋ ਗਿਆ ਤੇ ਉਹਦਾ ਹੱਥ ਵੀ ਇੱਕ ਇੱਕ ਬਾਂਹ ਐਂ ਹੋ ਗਈ ਤੇ ਇੱਕ ਐਂ ਹੋ ਗਈ ਕਿਉਂ ਕਿਉਂਕਿ ਸਾਡੀਆਂ ਘਟੀਆ ਤੇ ਮਾੜੀਆਂ ਸਾਡੀਆਂ ਨੀਤੀਆਂ ਸਾਡੇ ਸਰਕਾਰ ਦੀਆਂ ਹੁਣ ਤੀਕਰ ਜਿੰਨੀਆਂ ਸਰਕਾਰਾਂ ਬਣੀਆਂ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਸਾਡੇ ਦੋ ਸਭ ਤੋਂ ਵੱਡੇ ਅਹਿਮ ਮੁੱਦੇ ਆ ਸਿਹਤ ਤੇ ਸਿੱਖਿਆ ਸਾਨੂੰ ਦੋਨਾਂ ਦੇ ਵਿੱਚ ਹੀ ਜ਼ੀਰੋ ਕਰਕੇ ਰੱਖਤਾ ਸਾਡੇ ਲੀਡਰਾਂ ਨੇ ਪਰ ਉਹਨਾਂ ਦੇ ਆਪਦੇ ਬੱਚੇ ਉਹਨਾਂ ਦੇ ਆਪਦੇ ਬੱਚੇ ਦੂਨ ਪਬਲਿਕ ਸਕੂਲ ਪੜ੍ਹਦਾ ਕੋਈ ਕੋਈ ਵੱਡੇ ਵੱਡੇ ਸਕੂਲ ਬੰਬੇ ਸਕੂਲ 'ਚ ਪੜ੍ਹਦਾ ਕੋਈ ਕੋਈ ਸ਼ਿਮਲੇ ਪੜ੍ਹਦਾ ਉਹਨਾਂ ਵਾਸਤੇ ਪੜ੍ਹਾਈਆਂ ਵੀ ਅਲੱਗ ਫਿਰ ਉਹਨਾਂ ਦੇ ਬੱਚੇ ਡਾਕਟਰ ਬਣੇ ਆ ਕਿਸੇ ਦਾ 5-star ਹੋਟਲ ਵਰਗਾ ਵੱਡੀ ਬਿਲਡਿੰਗ ਪਾ ਕੇ ਹਸਪਤਾਲ ਬਣਾਇਆ ਹੋਇਆ ਕਿਸੇ ਦਾ ਚੰਡੀਗੜ੍ਹ ਹਸਪਤਾਲ ਆ ਕਿਸੇ ਦਾ ਲੁਧਿਆਣੇ ਹਸਪਤਾਲ ਆ ਕਿਸੇ ਦਾ ਫਿਰੋਜ਼ਪੁਰ ਆ ਪਰ ਉੱਥੇ ਇੱਦਾਂ ਦੇ ਗਰੀਬਾਂ ਦਾ ਇਲਾਜ ਨਹੀਂ ਉੱਥੇ ਖੂਨ ਚੂਸਿਆ ਜਾਂਦਾ ਉੱਥੇ ਤਾਂ ਅੰਗਰੇਜ਼ਾਂ ਤੋਂ ਵੀ ਮਾੜੇ ਹਾਲਾਤ ਨੇ ਅੰਗਰੇਜ਼ਾਂ ਨੇ ਤਾਂ ਕਹਿੰਦੇ ਗੇਟ ਦੇ ਬਾਹਰ ਲਿਖ ਕੇ ਲਾਇਆ ਸੀ ਨਾ ਵੀ ਇੰਡੀਅਨ ਤੇ ਕੁੱਤਾ ਨੋਟ ਅਲਾਊਡ ਵੀ ਇੱਥੇ ਬੰਦਾ ਨਹੀਂ ਵੜ ਸਕਦਾ ਇੰਡੀਅਨ ਤੇ ਨਾ ਕੁੱਤਾ ਡਾਕਟਰਾਂ ਨੇ ਤਾਂ ਇਹ ਹਾਲਾਤ ਬਣਾ ਤੇ ਵੀ ਇੱਦਾਂ ਦਾ ਗਰੀਬ ਬੰਦਾ ਜੇ ਜਾ ਕੇ ਖੜ ਜਾਵੇ ਨਾ ਤੇ ਖੜਨ ਵੀ ਨਹੀਂ ਦਿੰਦੇ ਉੱਥੇ ਭਜਾ ਦਿੰਦੇ ਡੰਡੇ ਮਾਰ ਕੇ ਵੀ ਬਾਹਰ ਚੱਲ ਕਿਉਂਕਿ ਉਹ ਕੱਪੜਿਆਂ ਤੋਂ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਸਾਡੇ ਹਸਪਤਾਲ ਦੇ ਵਿੱਚ ਆਉਣ ਦੇ ਕਾਬਲ ਨਹੀਂ ਹੈਗਾ ਇਹ ਬੰਦਾ ਸਿਰਫ ਇੱਕ ਹੱਥ ਲਾ ਕੇ ਦੇਖਣ ਦਾ 1000 ਰੁਪਇਆ ਲੈਂਦੇ ਨੇ ਉਹ ਤੇ ਇਹਦਾ 1,00,000 ਰੁਪਇਆ ਆਪਰੇਸ਼ਨ ਦਾ ਇਹੋ ਜਿਹੇ ਗਰੀਬ ਤੋਂ ਮੰਗ ਰਹੇ ਤੇ 1,00,000 ਰੁਪਇਆ ਗਰੀਬ ਨੇ ਦੇਣਾ ਕਿੱਥੋਂ ਇਕੱਠਾ 1,00,000 ਰੁਪਇਆ ਨਹੀਂ ਦੇਖਿਆ ਸਤਨਾਮ ਸਿੰਘ ਨੇ ਆਪਦੀ ਜ਼ਿੰਦਗੀ 'ਚ ਕਦੇ ਤੇ ਫਿਰ ਬੰਦਾ ਜਾਵੇ ਤੇ ਜਾਵੇ ਕਿੱਧਰ ਨੂੰ ਭਾਈ ਫਿਰ ਇੱਕ ਜ਼ਿੰਦਗੀ ਉਹ ਆ ਫਿਰ ਜਿਹਨੂੰ ਨਰਕ ਕਹਿੰਦੇ ਆ ਫਿਰ ਇਹਦੇ ਵੀਰ ਦੇ ਹਾਲਾਤ ਇੱਦਾਂ ਦੇ ਹੋ ਜਾਣੇ ਆ ਵੀ ਬਾਅਦ 'ਚ ਕੀੜੇ ਪੈ ਗਏ ਜੀ ਬਾਂਹ ਗਲ ਗਈ ਜੀ ਉਹ ਬੜਾ ਮਾੜਾ ਹੋਇਆ ਵਾਹਿਗੁਰੂ ਲਿਖਣ ਲੱਗ ਜਾਣਾ ਕਮੈਂਟਾਂ ਦੇ ਵਿੱਚ ਆਪਾਂ ਸਾਰਿਆਂ ਨੇ ਬਸ ਆਪਣੀ ਡਿਊਟੀ ਖਤਮ ਹੋ ਜਾਣੀ ਆ ਭਰਾਵੋ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੇ ਨਗਰ ਖੇੜੇ 'ਚ ਵੀ ਕੋਈ ਬੰਦਾ ਹੈ ਹੁਣ ਆ ਬਾਈ ਠੇਠਰ ਪਿੰਡ ਆ ਤੇ ਇਹ ਬਾਈ ਦਾ ਪਿੰਡ ਹੈਗਾ ਉੱਥੋਂ ਤੁਹਾਡਾ ਪਿੰਡ ਕਿੰਨੀ ਦੂਰ ਆ 10 ਕਿਲੋਮੀਟਰ ਦੂਰ ਆ ਸ਼ਕੂਰ ਪਿੰਡ ਹੁਣ ਇਹ 10 ਕਿਲੋਮੀਟਰ ਦੂਰ ਸ਼ਕੂਰ ਪਿੰਡ ਤੋਂ ਬਾਈ ਜਾ ਕੇ ਇਸ ਬੰਦੇ ਨੂੰ ਇੱਥੇ ਟ੍ਰੀਟਮੈਂਟ ਲਈ ਲੈ ਆਇਆ ਤੇ ਪਿਛਲੇ ਕਰੀਬ 1 ਮਹੀਨੇ ਤੋਂ ਸਾਡੇ ਨਾਲ ਸੰਪਰਕ 'ਚ ਗੱਲ ਕਰ ਰਹੇ ਆ ਤੇ ਬਾਈ ਠੇਠਰ ਕੇ ਪਿੰਡ ਦੇ ਕਿੰਨੇ ਭੈਣ ਭਰਾ ਹੋਣਗੇ ਜਿਹੜੇ NRI ਹੋਣਗੇ ਬਾਹਰ ਕੈਨੇਡਾ ਅਮਰੀਕਾ 'ਚ ਬੈਠੇ ਹੋਣਗੇ ਬਾਈ ਜੇ ਉਹ ਰਲ ਕੇ ਆਪਣੇ ਪਿੰਡ ਦੇ ਬੰਦੇ ਨੂੰ ਸਾਂਭ ਲਿਆ ਕਰਨ ਸਾਡੇ ਆਹ ਸੰਸਥਾ ਵਾਲੀ ਸਾਡੀਆਂ ਦੀ ਲੋੜ ਹੀ ਨਾ ਪਵੇ ਬਾਈ ਅਸੀਂ ਐਵੇਂ ਚੱਕ ਕੇ ਕੈਮਰਾ ਦਿਖਾਈ ਜਾਂਦੇ ਹਾਂ ਜਲੂਸ ਕੱਢੀ ਜਾਂਦੇ ਹਾਂ ਵੀ ਆਹ ਦੇਖੋ ਬਾਈ ਸਤਨਾਮ ਆ ਗਿਆ ਆਹ ਸਾਡਾ ਬਾਪੂ ਆ ਸਾਡੀ ਬੇਬੇ ਆ ਇੱਕ ਕਲੱਬ ਬਣਾ ਲਓ ਸਾਂਝੀ ਇੱਕ ਕਲੱਬ ਗੁਰੂ ਘਰ ਨਾਲ ਜੋੜ ਕੇ ਬਣਾ ਲਓ ਨਾਲੇ ਤਾਂ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਸੀ ਵੀ ਇੱਕ ਦਵਾਖਾਨੇ ਖੋਲ੍ਹੇ ਸੀ
ਆਰਾਮਗਾਹ ਖੁੱਲੀ ਸੀ ਉੱਥੇ ਸੰਗਤ ਨੂੰ ਜਿਹੜੇ ਕਿਉਂਕਿ ਸਾਰਾ ਪਿੰਡ ਨਹੀਂ ਸਤਨਾਮ ਸਿੰਘ ਵਾਂਗ ਐਂ ਬਾਂਹ ਕਰਕੇ ਤੁਰਿਆ ਫਿਰਦਾ ਕੋਈ ਇਹਦੀ ਵਕਤ ਦੀ ਮਾਰ ਕੋਈ ਗਰੀਬੀ ਦੇ ਕਰਕੇ ਸਾਰੇ ਪਿੰਡ ਦੇ ਕੋਈ ਐ ਨੀ ਹੁੰਦਾ ਵੀ ਜ਼ਖਮ ਹੋ ਗਏ ਤੇ ਕੀੜੇ ਪੈ ਗਏ ਤੇ ਸਾਰਾ ਪਿੰਡ ਭੁੱਖਾ ਮਰਦਾ ਕੋਈ ਇੱਕ ਅੱਧਾ ਘਰ ਹੁੰਦਾ ਤੇ ਜੇ ਉਸ ਇੱਕ ਅੱਧੇ ਘਰ ਨੂੰ ਗੁਰੂ ਘਰ ਦੀ ਕਮੇਟੀ ਨਾਲ ਜੁੜ ਕੇ ਐਨ ਆਰ ਆਈ ਭੈਣ ਭਰਾ ਸਾਂਭ ਲਿਆ ਕਰਨ ਉਹਦੀ ਬਾਂਹ ਫੜ ਲਿਆ ਕਰਨ ਤੇ ਲੱਖਾਂ ਰੁਪਇਆ ਥੋੜੀ ਲੱਗਣਾ ਸੀ ਇੱਥੇ ਬਾਈ ਤੇ ਪਰ ਅੱਜ ਇਹਨੂੰ ਉੱਥੋਂ 100 ਕਿਲੋਮੀਟਰ ਦੂਰ ਚੱਲ ਕੇ ਇੱਥੇ ਲੁਧਿਆਣੇ ਜੇ ਆਉਣਾ ਪਿਆ ਤਾਂ ਉਹਦੇ ਪਿੱਛੇ ਕਾਰਨ ਇਹ ਆ ਵੀ ਸਾਡਾ ਪਿੰਡਾਂ ਦੇ ਵਿੱਚ ਵੀ ਭਾਈਚਾਰਕ ਸਾਂਝ ਆ ਜਿਹੜੀ ਉਹ ਮੁੱਕਦੀ ਜਾਂਦੀ ਆ ਸਾਡੇ ਦਾਦੇ ਪੜਦਾਦੇ ਸਾਡੇ ਬਾਪੂ ਹੁਣੀ ਗਰੀਬ ਤੇ ਗਊ ਦੀ ਰੱਖਿਆ ਲਈ ਜਾਨ ਦੇ ਦਿੰਦੇ ਸੀ ਤੇ ਅੱਜ ਗਰੀਬ ਵੀ ਇੱਥੇ ਫਿਰਦੇ ਨੇ ਤੇ ਗਊਆਂ ਵੀ ਗੰਦ ਖਾਂਦੀਆਂ ਤੁਰੀਆਂ ਫਿਰਦੀਆਂ ਕੋਈ ਨੀ ਪੁੱਛਦਾ ਸਾਨੂੰ ਸੁਚੇਤ ਹੋਣ ਦੀ ਲੋੜ ਆ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਸਿਸਟਮ ਵੀ ਆਪਣੇ ਆਪ ਫਿਰ ਬਦਲ ਜੂਗਾ ਜਦੋਂ ਖੁਦ ਨੂੰ ਅਸੀਂ ਬਦਲ ਲਿਆ ਧੰਨਵਾਦ ਆ ਰਾਣੇ ਵੀਰ ਉਹਨਾਂ ਦਾ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਚਲਾਉਂਦੇ ਨੇ ਵੀਰ ਇੱਕ ਨੋਰਮਲ ਆਮ ਘਰਾਂ ਦੇ ਨੌਜਵਾਨ ਨੇ ਪਰ ਆਪਣੇ ਵਕਤ ਦੇ ਵਿੱਚੋਂ ਉਹ ਮਹਿੰਗਾ ਸਮਾਂ ਕੱਢ ਕੇ ਲੋਕਾਂ ਦੀ ਮਦਦ ਦੇ ਵਿੱਚ ਲਾਉਂਦੇ ਨੇ ਤੇ ਗੁਰੂ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਜਦੋਂ ਇਸ ਤਰ੍ਹਾਂ ਦੇ ਕਿਸੇ ਵੀਰ ਦੀ ਜ਼ਿੰਦਗੀ 'ਚ ਦੁਬਾਰਾ ਤੋਂ ਫਿਰ ਉੱਠ ਕੇ ਖੜੇ ਹੋਣ ਦੀ ਹਿੰਮਤ ਭਰਦੇ ਨੇ ਤੇ ਅਸੀਸਾਂ ਇਹਨਾਂ ਦੀਆਂ ਦੁਆਵਾਂ ਇਹਨਾਂ ਦੀਆਂ ਅਜਾਈਆਂ ਨਹੀਂ ਜਾਂਦੀਆਂ ਤੇ ਬਸ ਹੁਣ ਤੁਸੀਂ ਵੀ ਅਰਦਾਸ ਕਰਿਓ ਸਤਨਾਮ ਵੀਰ ਠੀਕ ਹੋ ਜਾਵੇ ਠੀਕ ਹੋ ਕੇ ਇੱਕ ਮਜ਼ਦੂਰ ਇਨਸਾਨ ਆਪਣੀ ਜ਼ਿੰਦਗੀ ਹੈ ਜਿਹੜੀ ਆਪਣੇ ਦਸਾਂ ਨੌਹਾਂ ਦੀ ਕਿਰਤ ਨਾਲ ਬਤੀਤ ਕਰ ਸਕੇ ਲੋਕਾਂ ਨੂੰ ਸਾਡੀ ਬੇਨਤੀ ਆ ਐਨ ਆਰ ਆਈ ਭੈਣ ਭਰਾਵਾਂ ਨੂੰ ਸਾਡੀ ਬੇਨਤੀ ਆ ਵੀ ਭਰਾਵੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਯਾਰ ਆਪਦੇ ਪਿੰਡ ਨੂੰ ਆਪਣੇ ਗਲੀ ਮਹੱਲੇ ਨੂੰ ਆਪ ਸਾਂਭ ਲਈਏ ਆਪਾਂ ਤਾਂ ਸਾਨੂੰ ਜ਼ਰੂਰਤ ਨਾ ਪਵੇ ਏਦਾਂ ਦੀਆਂ ਪਿਕਚਰਾਂ ਏਦਾਂ ਦੇ ਹਾਲਾਤਾਂ ਦੇ ਵਿੱਚ ਸਤਨਾਮ ਸਿੰਘ ਉਹਨਾਂ ਨੂੰ ਖੜਨ ਦੀ ਭਰਾ ਹੋਰ ਤਾਂ ਕਿਸੇ ਨੇ ਕੀ ਤੋਰਨਾ ਭਤੀਜੇ ਨੂੰ ਵੀ ਬਹੁਤ ਫੋਨ ਤੇ ਇਹਨਾਂ ਨੇ ਮੈਂ ਕਿਹਾ ਵੀ ਤੂੰ ਆ ਜਾ ਹਸਪੀਟਲ 'ਚ ਰਹਿ ਵਾ ਤਾਂ ਭਤੀਜੇ ਨੇ ਵੀ ਜਵਾਬ ਦਿੱਤਾ ਵੀ ਮੇਰੇ ਕੋਲ ਟਾਈਮ ਹੀ ਹੈ ਇਹ ਕਮਾ ਕੇ ਉਹਨਾਂ ਨੂੰ ਦਿੰਦਾ ਹੈਗਾ ਸਾਰੀ ਰੋਟ ਮਤਲਬ ਰੋਟ ਰਾਸ਼ਨ ਰੋਸ਼ਨ ਆਪਾਂ ਵੀ ਬਾਅਦ 'ਚ ਦੇ ਗਏ ਇਹਨੂੰ ਕੰਮ ਤੋਂ ਹਟਾਤਾ ਸੀ ਵੀ ਤੂੰ ਨਹੀਂ ਕਰਨਾ ਇਹ ਕੰਮ ਰਾਸ਼ਨ ਰੋਸ਼ਨ ਦੇ ਕੇ ਆਇਆ ਤੇ ਇਹ ਆਉਂਦਾ ਵੀ ਮੇਰੇ ਉੱਧਰ ਹੀ ਦੇ ਦਿਓ ਮੈਂ ਉੱਥੇ ਰੋਟੀ ਖਾ ਲਿਆ ਕਰੂੰਗਾ ਤੇ ਅੱਜ ਉਹਨੂੰ 3 ਵਜੇ ਫੋਨ ਕੀਤਾ ਇਹਨੇ ਵੀ ਕੀਤਾ ਵੀ ਆ ਜਾ ਯਾਰ ਇੱਕ ਦੋ ਦਿਨ ਦਾ ਕੰਮ ਮੇਰੇ ਕੋਲ ਰਹਿ ਵੀ ਹੋਸਪਿਟਲ ਉਹਨੇ ਜਵਾਬ ਦਿੱਤਾ ਮੈਂ ਵੀ ਉਹਨੂੰ ਫੋਨ ਤੇ ਕਿਹਾ ਮੈਂ ਯਾਰ ਤੇਰਾ ਚਾਚਾ ਬਾਈ ਹੋਰ ਤਾਂ ਕਿਸੇ ਨੇ ਕੀ ਬੋਲਣਾ ਤੂੰ ਨਹੀਂ ਆਉਂਦਾ ਹੋਰ ਕੌਣ ਖੜੂਗਾ ਆਉਂਦਾ ਬਾਈ ਸਾਡੇ ਘਰੇ ਹੈ ਨੀ ਕੋਈ ਮੈਂ ਕੰਮ ਤੇ ਲੱਗਾ ਹੋਇਆ ਜਾਂ ਗੱਲ ਚਲੋ ਠੀਕ ਆ ਬਾਈ ਕਿਉਂਕਿ ਇੰਨਾ ਖੂਨ ਚਿੱਟਾ ਹੋ ਗਿਆ ਦੋ ਭਰਾ ਵਿਆਹੇ ਹੋਏ ਆ ਉਹਨਾਂ ਦੇ ਗਾਂਹ ਬੱਚੇ ਆ ਇਹਨੇ ਵਿਆਹ ਨਹੀਂ ਕਰਾਇਆ ਹੁਣ ਇਹਨੇ ਸਾਰੀ ਕਮਾਈ ਆਪਦੇ ਭਰਾਵਾਂ ਦੇ ਜਵਾਕਾਂ ਨੂੰ ਛੋਟੇ ਹੁੰਦਿਆਂ ਨੂੰ ਭਤੀਜਿਆਂ ਨੂੰ ਬਿਠਾ ਕੇ ਸਾਈਕਲ ਤੇ ਕਿਤੇ ਮਰੂੰਡਾ ਦਵਾ ਲਿਆ ਕਿਤੇ ਉਹਨਾਂ ਨੂੰ ਤੁਰਨਾ ਸਿਖਾਇਆ ਖਾਣਾ ਪਿਆਉਣਾ ਚਾਚੇ ਕਰਦੇ ਅਕਸਰ ਘਰਾਂ 'ਚ ਕਰਦੇ ਸਾਡਾ ਕਲਚਰ ਆ ਇਹ ਤੇ ਪਰ ਜਦੋਂ ਚਾਚੇ ਨੂੰ ਵਾਰੀ ਆਈ ਚਾਚੇ ਨੂੰ ਪੁੱਤ ਮਿਲ ਭਤੀਜਾ ਪੁੱਤ ਬਣ ਕੇ ਟੱਕਰਦਾ ਟੱਕਰਿਆ ਹੀ ਨਹੀਂ ਬਾਈ ਤੇ ਪਰ ਜਿੱਦਣ ਚਾਚੇ ਦੀਆਂ ਅੱਖਾਂ ਕਿਤੇ ਮਿਟ ਗਈਆਂ ਜਿਹੜਾ ਚਾਚੇ ਦੇ ਹਿੱਸੇ ਦੇ ਕੋਈ ਚਾਰ ਹੋਣਗੀਆਂ ਸਿਆੜ ਜਾਂ ਕੋਈ ਮਰਲਾ ਦੋ ਮਰਲੇ ਜਗ੍ਹਾ ਉਹ ਕਹਿਣਾ ਚਾਚਾ ਮੇਰੇ ਨਾਲ ਰੋਟੀ ਖਾਂਦਾ ਸੀ ਮੇਰੀ ਆ ਮੈਂ ਰੋਟੀ ਦਿੰਦਾ ਰਿਹਾ ਚਾਚੇ ਨੂੰ ਵਾਹਿਗੁਰੂ ਚਲੋ ਅਸੀਂ ਕਿਸੇ ਨੂੰ ਉੱਚਾ ਨੀਵਾਂ ਦਿਖਾਉਣ ਦਾ ਸਾਡਾ ਕੋਈ ਉਹ ਨਹੀਂ ਪਰ ਇਹ ਜਜ਼ਬਾਤ ਆ ਸਾਡੇ ਇਹ ਜਜ਼ਬਾਤ ਉਦੋਂ ਬਾਹਰ ਆਉਂਦੇ ਆ ਜਦੋਂ ਅਸੀਂ ਏਦਾਂ ਦੇ ਸਤਨਾਮ ਸਿੰਘ ਵਰਗੇ ਵੀਰ ਦੀ ਕਿਸੇ ਦੀ ਇਸ ਤਰ੍ਹਾਂ ਦੀ ਕਹਾਣੀ ਸੁਣਦੇ ਹਾਂ ਉਹਦੇ ਮਨ ਦੇ ਵਿੱਚ ਉਹ ਬਣੀਆਂ ਹੋਈਆਂ ਗੁੰਝਲਾਂ ਉਹ ਅਣਸੁਣੀਆਂ ਨਹੀਂ ਹੁੰਦੀਆਂ ਫਿਰ ਉੱਥੇ ਫਿਰ ਕੁਛ ਨਾ ਕੁਛ ਏਦਾਂ ਦਾ ਕਿਹਾ ਜਾਂਦਾ ਤੇ ਬਸ ਅਰਦਾਸ ਕਰਿਓ ਸਾਰੇ ਵੀ ਆਪਣੇ ਕਿਸੇ ਦੇ ਨਗਰ ਖੇੜੇ 'ਚ ਏਦਾਂ ਦੇ ਹਾਲਾਤ ਨਾ ਬਣਨ ਜੇ ਬਣਨ ਤਾਂ ਆਪਾਂ ਖੜੇ ਹੋ ਕੇ ਮਦਦ ਕਰ ਸਕੀਏ ਉਹਦੀ ਸੇਵਾ ਸੰਭਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਈ ਜੀ ਸਤਨਾਮ ਸਿੰਘ ਆ ਜੀ ਪਿੰਡ ਠੇਠਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਜੀ ਬਾਈ ਦੇ ਸਾਈਕਲ ਤੋਂ ਡਿੱਗਣ ਕਾਰਨ ਬਾਂਹ 'ਤੇ ਸੱਟ ਲੱਗ ਗਈ ਸੀਗੀ ਅਤੇ ਜਿਹਦੇ ਕਰਕੇ ਹੱਡੀ ਫ੍ਰੈਕਚਰ ਹੋ ਗਈ ਸੀ ਅਤੇ ਸਰਕਾਰੀ ਹੋਸਪਿਟਲ 'ਚੋਂ ਬਾਈ ਨੇ ਇਲਾਜ ਕਰਵਾਇਆ ਅਤੇ ਦੇਖੋ ਸਰਕਾਰੀ ਵਾਲਿਆਂ ਦੇ ਹਾਲਾਤ ਸਕਰੂ ਸਿੱਧੇ ਕਾਸਤੇ ਨਾ ਹੁਣ ਬਾਂਹ ਸਿੱਧੀ ਹੁੰਦੀ ਆ ਅਤੇ ਆ ਜਿਹੜੀ ਪਲੇਟ ਪਾਈ ਉਹ ਵੀ ਬਾਹਰ ਹੀ ਆ ਅਤੇ ਬਾਂਹ ਵੀ ਸੁੱਕਦੀ ਜਾਂਦੀ ਆ ਰੇਸ਼ਾ ਪੈ ਗਿਆ ਵਿੱਚ ਅਤੇ ਇਵੇਂ ਵਿਚਾਰਾ ਇਹ ਕੰਮ ਕਰਦਾ ਸੀਗਾ ਦਿਹਾੜੀ ਦਿਹੁੜੀ ਜਾਂਦਾ ਸੀ ਸਾਨੂੰ ਕਿਸੇ ਨੇ ਦੱਸਿਆ ਵੀਰ ਬਾਰੇ ਕੋਈ ਨਹੀਂ ਕਰਲਾ ਥੱਲੇ ਵੀ ਇਹ ਵੀਰ ਬਾਰੇ ਦੱਸਿਆ ਘਰ ਦੇ ਵਿੱਚ ਕੋਈ ਨਹੀਂ ਨਾ ਮਾਂ ਨਾ ਪਿਓ ਨਾ ਵਿਆਹ ਕਰਾਇਆ ਇਕੱਲਾ ਹੀ ਰਹਿੰਦਾ ਸੀ ਵਿਚਾਰਾ ਰੋਟੀ ਵੀ ਆਂਡੋ ਗੁਆਂਡੋ ਹੀ ਖਾਂਦਾ ਸੀਗਾ ਪਰ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਾ ਫਿਰ ਅਸੀਂ ਵੀਡੀਓ ਬਾਈ ਨੂੰ ਭੇਜੀਆਂ
ਅੱਜ ਅਸੀਂ ਇਹਨੂੰ ਇੱਥੇ ਲੈ ਕੇ ਆਏ ਹਾਂ ਵੀਰ ਦਾ ਆਪਰੇਸ਼ਨ ਵਾਸਤੇ, ਅਤੇ ਅਰਦਾਸ ਕਰਿਓ ਜੀ ਵੀ ਬਾਈ ਸਤਨਾਮ ਦੀ ਬਾਂਹ ਬਿਲਕੁਲ ਠੀਕ ਹੋ ਜਾਵੇ ਅਤੇ ਵਿਚਾ ਇਹ ਆਪਣਾ ਕਿਰਤ ਜਿਹੜੀ ਵਧੀਆ ਢੰਗ ਨਾਲ ਕਰ ਸਕੇ ਅਤੇ ਆਪਣਾ ਪੇਟ ਪਾਲ ਸਕੇ ਜੀ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਟ ਕਿਵੇਂ ਵੱਜ ਗਈ? ਸਾਈਕਲ ਤੋਂ ਡਿੱਗ ਪਿਆ ਸੀ ਜੀ। ਅੱਛਾ, ਮੀਂਹ ਰੱਖਣ ਚੱਲਿਆ ਸੀ ਆਟਾ ਅਤੇ ਸ਼ਾਮ ਨੂੰ ਉੱਧਰ ਹਨੇਰੀ ਆ ਗਈ, ਮੋੜ ਤੇ ਤੇਰੇ ਸਕਰੂ ਇੱਥੇ ਕੱਸੇ ਹੋਏ ਆ? ਸਾਨੂੰ ਤਾਂ ਪਤਾ ਨੀ ਸੀ, ਪਤਾ ਨੀ ਲੱਗਦਾ। ਤੇ ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ ਦੇ ਵਿੱਚ ਤਾਂ ਮੈਂ ਇਕੱਲਾ ਹੀ ਆ ਜੀ, ਭਰਾ ਦੋ ਆਡਾ ਵਿਆਹੇ ਵਰੇ ਆ। ਚਰਾੜੀ ਪਾਈ ਆਪਰੇਸ਼ਨ ਕਰਕੇ ਰੜ ਪਈ ਨੂੰ ਕਿੰਨਾ ਟਾਈਮ ਹੋ ਗਿਆ? ਸਾਲ ਹੀ ਹੋ ਗਿਆ। ਠਹਿਰ ਕੇ ਮਾਸ ਉੱਤੇ ਚੜ੍ਹ ਦਿੰਦੇ, ਠਹਿਰ ਕੇ ਮਾਸ ਉੱਤੇ ਚੜ੍ਹ ਦਿੰਦੇ। ਰਾੜ ਵੱਡੀ ਪਾਈ ਥੋੜੀ ਜਿਹੀ, ਇੰਚ ਇੰਚ ਇੱਕ ਵੱਡੀ ਆ ਮਗਰ ਰਾੜ ਪਾਈ। ਮੈਂ ਪੁੱਛਿਆ ਨੀ ਜੀ ਡਾਕਟਰ ਨੂੰ ਮੁੰਡਾ ਲੱਗਿਆ ਸੀ ਉੱਥੇ ਕੰਮ ਤੇ ਨਾਲ, ਉਹਨੇ ਗੱਲ ਕੀਤੀ ਸਾਡੇ ਪਿੰਡੋਂ ਐ ਕਰਕੇ ਬੰਦੇ ਲੱਗੇ ਉੱਥੇ ਇਲਾਜ ਕਰਾ ਦੇਣਗੇ। ਮੈਂ ਉਹਨੂੰ ਕਿਹਾ ਚੱਲ ਯਾਰ ਕਰੀ ਗੱਲ ਉਹਦੇ ਨਾਲ, ਉਹਨੇ ਬਾਈ ਨੇ ਵੀਡੀਓ ਖਿੱਚ ਕੇ ਇਹਨਾਂ ਨੂੰ ਬਾਈ ਨੂੰ ਭੇਜ ਦਿੱਤੀ। ਉਦੋਂ ਬਾਅਦ ਫਿਰ ਇਹ ਆ ਗਏ ਇੱਥੇ ਲੈਣ ਨੂੰ।